ਬਈ ਸਗਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ 1 ਨਵੰਬਰ ਤੋਂ 13 ਨਵੰਬਰ ਤੱਕ ਕਰਵਾਏ ਜਾ ਰਹੇ ਸ਼ਤਾਬਦੀ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਹਨ। ਸ਼ਤਾਬਦੀ ਸਮਾਗਮਾਂ ਸੰਬੰਧੀ ਉਲੀਕੇ ਗਏ ਪ੍ਰੋਗਰਾਮ ਅਨੁਸਾਰ 1 ਨਵੰਬਰ ਨੂੰ ਗੁਰਦੁਆਰਾ ਸ੍ਰੀ ਰਬਾਬਸਰ ਸਾਹਿਬ ਭਰੋਵਾਣਾ ਤੋਂ ਮਹਾਨ ਨਗਰ ਕੀਰਤਨ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਜਾਵੇਗਾ, ਜਿਸ ਵਿੱਚ ਦੁਨੀਆ ਭਰ ਦੇ 550 ਰਬਾਬੀ ਸ਼ਾਮਿਲ ਹੋਣਗੇ। 2 ਨਵੰਬਰ ਨੂੰ ਜਿਨ੍ਹਾਂ 15,000 ਦੇ ਕਰੀਬ ਸੰਗਤਾਂ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕੀਤੇ ਸਨ, ਉਹਨਾਂ ਵੱਲੋਂ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਸਾਰੇ ਪਾਠਾਂ ਦਾ ਸਾਂਝਾ ਅਰਦਾਸ ਸਮਾਗਮ ਹੋਵੇਗਾ ਅਤੇ ਰਾਤ ਨੂੰ ਕੀਰਤਨ ਅਤੇ ਕਥਾ ਦਰਬਾਰ ਕੀਤਾ ਜਾਵੇਗਾ। 3 ਨਵੰਬਰ ਨੂੰ ਦੇਸ਼ ਭਰ ਦੀਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੀਆਂ ਹਜ਼ਾਰਾਂ ਸੰਗਤਾਂ ਮਿਲ ਕੇ ਸੰਗਤੀ ਰੂਪ ਵਿੱਚ ਬੈਠ ਕੇ ਗੁਰਬਾਣੀ ਸੁਖਮਨੀ ਸਾਹਿਬ ਜੀ 'ਤੇ ਪਾਠ ਕਰਨਗੀਆਂ ਅਤੇ ਭੋਗ ਉਪਰੰਤ ਉਹਨਾਂ ਵਿੱਚੋਂ ਹੀ ਪੰਥਕ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। 4 ਅਤੇ 5 ਨਵੰਬਰ ਨੂੰ ਸੂਬੇ ਦੇ ਸਮੂਹ ਸਕੂਲੀ ਬੱਚਿਆਂ ਦੇ ਗੁਰਬਾਣੀ ਕੀਰਤਨ ਕਥਾ ਅਤੇ ਕਵਿਤਾ ਮੁਕਾਬਲੇ ਕਰਵਾਏ ਜਾਣਗੇ। 6 ਨਵੰਬਰ ਨੂੰ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਗੁਰਮਤ ਸਮਾਗਮ ਹੋਣਗੇ। 7 ਨਵੰਬਰ ਨੂੰ ਦੁਨੀਆ ਭਰ ਦੀਆਂ ਸਮੂਹ ਸੰਗੀਤ ਅਕੈਡਮੀਆਂ ਦੇ ਵਿਦਿਆਰਥੀ ਅਤੇ ਰਾਗੀ ਕਥਾਵਾਚਕ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਅਤੇ ਇਤਿਹਾਸ ਦਾ ਗੁਣਗਾਨ ਕਰਨਗੇ। 8 ਨਵੰਬਰ ਨੂੰ ਇੰਟਰਨੈਸ਼ਨਲ ਢਾਡੀ ਅਤੇ ਕਵੀ ਦਰਬਾਰ, 9 ਨਵੰਬਰ ਨੂੰ ਪੂਰਾ ਦਿਨ ਮਹਾਨ ਗੁਰਮਤਿ ਸਮਾਗਮ ਅਤੇ ਸ਼ਾਮ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਫਲਸਫੇ ਸੰਬੰਧੀ ਧਾਰਮਿਕ ਨਾਟਕ ਅਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੋਵੇਗਾ। 10 ਨਵੰਬਰ ਨੂੰ ਕੌਮਾਂਤਰੀ ਪੱਧਰ ਦਾ ਧਾਰਮਿਕ ਇਸਤਰੀ ਸੰਮੇਲਨ ਹੋਵੇਗਾ, ਜਿਸ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਇਸਤਰੀ ਜਾਤੀ ਲਈ ਕੀਤੇ ਪਰਉਪਕਾਰ ਚੇਤੇ ਕੀਤੇ ਜਾਣਗੇ ਅਤੇ ਗੁਰਬਾਣੀ ਕੀਰਤਨ ਹੋਵੇਗਾ। 11 ਨਵੰਬਰ ਨੂੰ ਰਾਗ ਦਰਬਾਰ ਹੋਵੇਗਾ, ਜਿਸ ਵਿੱਚ ਰਾਗਾਂ 'ਤੇ ਆਧਾਰਿਤ ਗੁਰਬਾਣੀ ਦਾ ਕੀਰਤਨ ਹੋਵੇਗਾ। ਇਸ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। 12 ਨਵੰਬਰ ਨੂੰ ਮੁੱਖ ਸਮਾਗਮ ਹੋਵੇਗਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਹੋਰ ਹਸਤੀਆਂ ਸੰਗਤਾਂ ਦੇ ਦਰਸ਼ਨ ਕਰਨਗੀਆਂ ਅਤੇ 13 ਨਵੰਬਰ ਨੂੰ ਸਮਾਪਤੀ ਸਮਾਗਮ ਹੋਵੇਗਾ। ਇਹਨਾਂ ਸਮਾਗਮਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੀ ਸੰਗਤ ਦੀ ਰਿਹਾਇਸ਼ ਦੇ ਪ੍ਰਬੰਧ ਵਜੋਂ ਹੋਣ ਤੱਕ ਤਰਨ ਤਾਰਨ ਸਾਹਿਬ, ਗੋਇੰਦਵਾਲ ਸਾਹਿਬ, ਕਪੂਰਥਲਾ, ਲੋਹੀਆਂ, ਸ਼ਾਹਕੋਟ, ਮਖੂ ਅਤੇ ਜਲੰਧਰ ਜ਼ਿਲ੍ਹੇ ਦੇ ਹੋਰਨਾਂ ਸ਼ਹਿਰਾਂ ਦੇ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਸਕੂਲ, ਕਾਲਜ, ਪੈਲਸ ਅਤੇ ਕੋਠੀਆਂ ਆਦਿ ਬਾਹਰੋਂ ਆਉਣ ਵਾਲੀ ਸੰਗਤ ਦੀ ਰਿਹਾਇਸ਼ ਲਈ ਰਾਖਵੇਂ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਨੇੜੇ ਵੀ ਰਿਹਾਇਸ਼ ਲਈ ਵੱਡੀ ਪੱਧਰ 'ਤੇ ਸਰਾਵਾਂ ਅਤੇ ਟੈਂਟ ਸਿਟੀ ਦੀਆਂ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਵੱਖੋ ਵੱਖ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਬਹੁਤ ਸਾਰੀਆਂ ਥਾਵਾਂ 'ਤੇ ਸਰਾਵਾਂ ਆਦਿ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇਖ ਰਹੇ ਹੋ ਜੋ ਕਿ ਅੱਜ ਤੋਂ ਲਗਭਗ 3 ਮਹੀਨੇ ਪਹਿਲਾਂ ਦਰਸ਼ਨ ਡਿਓੜੀ ਜੋ ਗੁਰਦੁਆਰਾ ਬੇਰ ਸਾਹਿਬ ਦੇ ਬਿਲਕੁਲ ਸਾਹਮਣੇ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨ ਤਾਰਨ ਵਾਲਿਆਂ ਨੇ ਸ਼ੁਰੂ ਕੀਤੀ ਸੀ,
ਉਹ ਲਗਭਗ ਉਸ ਦੀ ਕੁਛ ਕੁ ਹਿੱਸਾ ਤਿਆਰੀ ਜਿਹੜੀ ਉਹ ਰਹਿੰਦੀ ਹੈ। ਸਮਾਗਮ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਬਿਲਕੁਲ ਨੇੜੇ ਆ ਰਹੇ ਨੇ। 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਲਗਭਗ ਸਾਰੀਆਂ ਸੰਸਥਾਵਾਂ ਨੇ ਲੰਗਰ ਸ਼ੁਰੂ ਕਰਨੇ ਨੇ ਸੰਗਤਾਂ ਵਾਸਤੇ। ਅਤੇ ਇਸ ਨੂੰ ਦੇਖਦਿਆਂ ਹੋਇਆਂ ਬਾਬਾ ਜੀ ਨੇ ਜਿਹੜੀ ਉੱਪਰ ਤਿਆਰੀ ਰਹਿ ਰਹੀ ਹੈ ਦਰਸ਼ਨ ਡਿਉੜੀ ਦੇ, ਆਪ ਜੀ ਦੇਖ ਰਹੇ ਹੋ, ਇਹਦਾ ਕੰਮ ਥੋੜ੍ਹਾ ਬੰਦ ਕੀਤਾ। ਅਤੇ ਹੇਠਾਂ ਜਿੰਨਾ ਵੀ ਗੁਰਦੁਆਰਾ ਬੇਰ ਸਾਹਿਬ ਦਾ ਕੰਪਲੈਕਸ ਹੈ ਇਹਦੇ ਸਾਰੇ ਹੀ ਹੇਠਾਂ ਇੰਟਰਲੋਕ ਟਾਈਲਾਂ ਲੱਗਣ ਵਾਲੀਆਂ ਸਨ। ਬੜਾ ਕੱਚਾ ਥਾਂ ਸੀ, ਜਦੋਂ ਬਾਰਿਸ਼ ਆਉਂਦੀ ਸੀ ਇਹਦੇ ਵਿੱਚ ਬੜਾ ਚਿੱਕੜ ਅਤੇ ਪਾਣੀ ਖੜ੍ਹ ਜਾਂਦਾ ਸੀ, ਅਤੇ ਉਸ ਤਰ੍ਹਾਂ ਇਹਦਾ ਘੱਟਾ ਵੀ ਬਹੁਤ ਉੱਡਦਾ ਸੀ। ਬਾਬਾ ਜੀ ਨੇ ਇਸ ਗੱਲ ਨੂੰ ਸੰਗਤਾਂ ਦੀ ਇਸ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਿੰਨੀ ਵੀ ਕਾਰ ਸੇਵਾ ਜਿਸ ਤਰ੍ਹਾਂ ਗੁਰਦੁਆਰਾ ਬੇਰ ਸਾਹਿਬ ਵਿੱਚ ਹੀ ਲੰਗਰ ਹਾਲ ਦੀ ਜੋ ਕੁਛ ਕੁ ਤਿਆਰੀ ਰਹਿੰਦੀ ਆ ਉਸ ਨੂੰ ਵੀ ਥੋੜ੍ਹਾ ਕਲੋਜ਼ ਕਰਕੇ ਬੰਦ ਕਰਕੇ ਅਤੇ ਹੇਠਾਂ ਰਸਤਿਆਂ ਦੇ ਵਿੱਚ ਹੀ ਸਾਰੇ ਕਾਰੀਗਰ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ। ਅਤੇ ਗੁਰਦੁਆਰਾ ਬੇਰ ਸਾਹਿਬ ਦੇ ਵਿੱਚ ਹੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰੀ ਕੰਪਲੈਕਸ ਜਿਸ ਦੀ ਤਿਆਰੀ ਬਿਲਕੁਲ ਹੋ ਚੁੱਕੀ ਹੈ, 15 ਤਰੀਕ ਨੂੰ ਉਹਦਾ ਉਦਘਾਟਨ ਹੈ। ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਦਫ਼ਤਰ ਦਾ ਉਦਘਾਟਨ ਕਰਨਗੇ ਅਤੇ ਲਗਭਗ 20 ਤੋਂ 25 ਤਰੀਕ ਤੱਕ ਜਿਹੜੀ ਇੰਟਰਲੋਕ ਟਾਈਲਾਂ ਸ਼ੁਰੂ ਕੀਤੀਆਂ ਸੇਵਾ ਬਾਬਾ ਜੀ ਨੇ। ਸਾਰਾ ਕੰਪਲੈਕਸ ਜਿੰਨਾ ਵੀ ਕੱਚਾ ਏਰੀਆ ਜੋ ਲੰਗਰ ਹਾਲ ਦੇ ਅੱਗੇ, ਦਫ਼ਤਰ ਦੇ ਅੱਗੇ, ਸਰਾਵਾਂ ਦੇ ਅੱਗੇ, ਦਰਸ਼ਨ ਡਿਉੜੀ ਦੇ ਅੱਗੇ, ਬਾਥਰੂਮਾਂ ਦੇ ਅੱਗੇ, ਜਿੰਨਾ ਵੀ ਕੰਪਲੈਕਸ ਕੱਚਾ ਸੀ ਉਸ ਨੂੰ ਬਾਬਾ ਜੀ ਨੇ ਸੰਗਤਾਂ ਦੀ ਸਹੂਲਤ ਨੂੰ ਦੇਖਦਿਆਂ ਹੋਇਆਂ ਵੀ ਜੇ ਕਦੇ ਬਾਰਿਸ਼ ਵੀ ਆਵੇ ਅਤੇ ਇਹਦੇ ਵਿੱਚ ਕੋਈ ਪਾਣੀ ਨਾ ਖੜ੍ਹੇ, ਚਿੱਕੜ ਨਾ ਹੋਵੇ, ਸੰਗਤਾਂ ਦੇ ਲੰਘਣ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ। ਅਤੇ ਸਾਰੇ ਹੀ ਕਾਰੀਗਰਾਂ ਨੂੰ, ਸਾਨੂੰ ਸਾਰੇ ਜਥੇਦਾਰਾਂ ਨੂੰ ਬਾਬਾ ਜੀ ਨੇ ਇਹ ਹੁਕਮ ਕੀਤਾ ਵੀ ਸਭ ਤੋਂ ਪਹਿਲਾਂ ਇੰਟਰਲੋਕ ਟਾਈਲਾਂ ਜਿਹੜੀਆਂ ਨੇ ਥਾਂ ਪੱਕਾ ਜਿੰਨਾ ਵੀ ਕੰਪਲੈਕਸ ਬੇਰ ਸਾਹਿਬ ਦਾ ਸਾਨੂੰ ਪੱਕਾ ਕਰੋ। ਅਸੀਂ ਬਹੁਤ ਹੀ ਜ਼ੋਰ ਸ਼ੋਰ ਦੇ ਨਾਲ ਸੰਗਤਾਂ, ਤੁਸੀਂ ਦੇਖ ਰਹੇ ਹੋ ਕਿੰਨੀ ਜ਼ੋਰ ਦੇ ਨਾਲ ਸੇਵਾ ਕਰ ਰਹੀਆਂ ਸਾਰੀਆਂ ਸੰਗਤਾਂ, ਸਾਰੇ ਜਥੇਦਾਰ, ਬਾਬਾ ਜੀ ਦੇ ਸੇਵਾਦਾਰ, ਇਹ ਸਾਰੇ ਹੀ ਤਨ ਮਨ ਧਨ ਦੇ ਨਾਲ ਦਿਨ ਰਾਤ ਇੱਕ ਕਰਕੇ, ਕਿਉਂਕਿ ਦਿਨ ਬਹੁਤ ਹੀ ਥੋੜ੍ਹੇ ਨੇ, 1 ਤਰੀਕ ਤੋਂ ਲਗਭਗ ਸਾਰੇ ਹੀ ਲੰਗਰ ਸ਼ੁਰੂ ਹੋ ਜਾਣੇ ਨੇ। ਸੰਗਤਾਂ ਦੀ ਆਮਦ ਬਹੁਤ ਹੈ, ਤੁਸੀਂ ਕੈਮਰੇ ਦੇ ਵਿੱਚ ਵੀ ਦੇਖ ਰਹੇ ਹੋ, ਸੰਗਤਾਂ ਦੀ ਇੰਨੀ ਕੁ ਆਮਦ ਹੈ ਵੀ ਸੇਵਾ ਜਿਸ ਤਰ੍ਹਾਂ ਅਸੀਂ ਇੰਟਰਲੋਕ ਟਾਈਲਾਂ ਦੀ ਕਰ ਰਹੇ ਹਾਂ ਕਾਫੀ ਮੁਸ਼ਕਲ ਆ ਰਹੀ ਹੈ, ਇੰਨੀ ਸੰਗਤ ਦਰਸ਼ਨ ਕਰਨ ਵਾਸਤੇ ਆ ਰਹੀ ਹੈ, ਸਕੂਲਾਂ ਦੇ ਬੱਚੇ ਅਤੇ ਬਹੁਤ ਹੀ ਸੰਗਤ ਦਰਸ਼ਨ ਦਦਾਰੇ ਕਰਨ ਵਾਸਤੇ ਗੁਰਦੁਆਰਾ ਬੇਰ ਸਾਹਿਬ ਵਿੱਚ ਆ ਰਹੀ ਹੈ। ਅਤੇ 1 ਤਰੀਕ ਤੋਂ ਪਹਿਲੇ ਯਾਨੀ 25 ਤਰੀਕ ਤੋਂ ਪਹਿਲੇ ਜਿੰਨੀ ਵੀ ਅਸੀਂ ਇੰਟਰਲੋਕ ਟਾਈਲਾਂ ਦੀ ਸੇਵਾ ਬਾਬਾ ਜੀ ਨੇ ਸ਼ੁਰੂ ਕੀਤੀ ਹੈ ਇਹ ਸਾਰੀ ਨੂੰ ਅਸੀਂ ਸਮਾਪਤ ਕਰਾਂਗੇ ਜੀ।